ਪਿਛਲੇ ਸਮੇਂ 'ਚ ਪੰਜਾਬ ਦੇ ਵਿੱਚ ਬਹੁਤ ਦੁਖਦਾਈ ਘਟਨਾਵਾਂ ਵਾਪਰੀਆਂ, ਜਿਹਦੇ ਵਿੱਚ ਸਭ ਤੋਂ ਵੱਡੇ ਦੁੱਖ ਵਾਲੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਜਿਸ ਤਰੀਕੇ ਨਾਲ ਘੋਰ ਬਿਰਦੀ ਹੋਈ ਹੈ, ਅਤੇ ਬੀਇੰਗ ਸਿੱਖ ਹਰ ਸਿੱਖ ਦਾ ਹਿਰਦਾ ਜਿਹੜਾ ਉਹ ਬਲੁੰਦਰਿਆ ਗਿਆ, ਔਰ ਉਸ ਤੋਂ ਬਾਅਦ ਸ਼ਾਂਤਮਈ ਢੰਗ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤਾਂ ਰੋਸ ਕਰ ਰਹੀਆਂ ਸਨ। ਉਹਨਾਂ ਦੇ ਉੱਤੇ ਜਿਸ ਤਰੀਕੇ ਨਾਲ ਗੋਲੀ ਨਿਹੱਥਿਆ ਅਤੇ ਗੋਲੀ ਚਲਾ ਕੇ ਦੋ ਸਿੰਘ ਉੱਥੇ ਸ਼ਹੀਦ ਕਰ ਦਿੱਤੇ ਗਏ ਆ, ਪਿਛਲੇ ਸਮੇਂ ਦੇ ਵਿੱਚ ਡੇਰਾ ਪ੍ਰੇਮੀਆਂ ਨੇ ਵੀ ਦੋ ਤਿੰਨ ਦਿਨ ਧਰਨੇ ਲਾਏ, ਹੋਰ ਸੰਪਰਦਾਵਾਂ ਵੀ ਲਾਉਂਦੀਆਂ ਰਹੀਆਂ, ਈਵਨ ਪ੍ਰੋਪਰਟੀ ਦੇ ਨੁਕਸਾਨ ਵੀ ਹੋਏ ਤਾਂ ਵੀ ਜਿਹੜੀ ਸਰਕਾਰ ਆ ਉਹ ਤੈਅ 'ਚ ਨਹੀਂ ਆਈ, ਜਿੱਥੇ ਇਹ ਬੜੀ ਵੱਡੀ ਗਲਤੀ ਕੀਤੀ ਆ ਜਿਹੜੀ ਉਹ ਵੀ ਸਹਿਣਯੋਗ ਨਹੀਂ ਹੈ। ਫਿਰ ਤਖ਼ਤ ਸਾਹਿਬਾਨ ਤੋਂ ਜਿਹੜਾ ਡੇਰਾ ਪ੍ਰੇਮੀ ਨੂੰ ਮਾਫ਼ੀ ਦੇਣ ਦਾ ਵਿਵਾਦਿਤ ਗੁਰਮਤਾ ਕੀਤਾ ਗਿਆ, ਜਿਸ ਤਰੀਕੇ ਨਾਲ ਕੀਤਾ ਗਿਆ, ਕੌਮ ਨੂੰ ਹਨੇਰੇ ਵਿੱਚ ਰੱਖ ਕੇ ਕੀਤਾ ਗਿਆ, ਅੰਡਰ ਉਹ ਪ੍ਰੈਸ਼ਰ ਕੀਤਾ ਗਿਆ, ਪ੍ਰਭਾਵ ਥੱਲੇ ਆ ਕੇ ਕੀਤਾ ਗਿਆ, ਔਰ ਪੰਜ ਪਿਆਰਿਆਂ ਦੀ ਮੁਅੱਤਲੀ ਜਿਹੜੀ ਕੀਤੀ ਜਾਣੀ ਆ ਉਹ ਵੀ ਗਲਤ ਹੈ। ਕਿਉਂ? ਜੇ ਕੋਈ ਸਿੱਖ ਗਲਤੀ ਕਰਦਾ, ਕਿਸੇ ਕੋਲੋਂ ਕੋਈ ਗੁਨਾਹ ਹੁੰਦਾ ਤਾਂ ਉਹ ਤਖ਼ਤ ਸਾਹਿਬ 'ਤੇ ਪੇਸ਼ ਹੁੰਦਾ, ਤਖ਼ਤ ਸਾਹਿਬ ਦੇ ਜਥੇਦਾਰਾਂ 'ਤੇ, ਪਰ ਜਦੋਂ ਜਥੇਦਾਰ ਗਲਤੀ ਕਰਦੇ ਨੇ ਤਾਂ ਉਹ ਪੰਜ ਪਿਆਰਿਆਂ ਨੂੰ ਜਵਾਬ ਦੇ ਨੇ, ਇਸ ਕਰਕੇ ਉਹਨਾਂ ਦਾ ਉਹਨਾਂ ਨੂੰ ਪੁੱਛਣਾ, ਜਵਾਬ ਤਲਬੀ ਕਰਨੀ ਬਣਦੀ ਸੀ, ਉਹ ਵੀ ਗਲਤ ਕੀਤਾ ਗਿਆ। ਬਜਾਏ ਇਸ ਦੇ ਕਿ ਇਹਨੂੰ ਅਸੀਂ ਮਲਮ ਲਾਉਣ ਦੀ ਕੋਸ਼ਿਸ਼ ਕਰੀਏ ਜਾਂ ਇਹਦੇ 'ਤੇ ਕੋਈ ਕਾਬੂ ਪਾਉਣ ਦੀ ਜਾਂ ਉਹ ਐਕਸ਼ਨ ਕਰੀਏ ਜਿਹਦੇ ਨਾਲ ਕੌਮ ਦੇ ਵਿੱਚ ਜਿਹੜਾ ਰੋਸ ਉਤਪੰਨ ਹੋਇਆ ਉਹ ਖਤਮ ਹੋਵੇ, ਅਸੀਂ ਡੇ ਬਾਈ ਡੇ ਜਿਹੜਾ ਉਹਨੂੰ ਸਗੋਂ ਹੋਰ ਮਤਲਬ ਗਲਤ ਐਕਸ਼ਨਸ ਕਰੀ ਜਾ ਰਹੇ ਹਾਂ। ਬਰਗਾੜੀ ਵਾਲੀ ਦੇ ਜਿਹੜੇ ਘਟਨਾ ਦੇ ਸੰਬੰਧੀ ਵੀ ਜਿਹੜੇ ਦੋ ਬੰਦੇ ਫੜੇ ਗਏ ਆ, ਉਹ ਲੱਗ ਰਿਹਾ ਵੀ ਜਿਵੇਂ ਉਹਨਾਂ ਦੇ ਪਰਿਵਾਰਾਂ ਨੇ ਜਾਂ ਬਾਹਰੋਂ ਆਸਟ੍ਰੇਲੀਆ ਵਾਲੀਆਂ ਵੀਡੀਓ ਵੀ ਆਈਆਂ ਵੀ ਉਹ ਵੀ ਕਿਤੇ ਨਾ ਕਿਤੇ ਪੁਲਿਸ ਦੀ ਕਾਹਲੀ ਆ, ਔਰ ਕਾਹਲੀ ਦੇ ਵਿੱਚ ਉਹ ਨਿਰਦੋਸ਼ ਫੜੇ ਗਏ ਆ। ਇਹ ਸਭ ਕੁਛ ਜੋ ਵਾਪਰ ਰਿਹਾ ਆ ਬੜਾ ਮੰਦਭਾਗਾ ਔਰ ਬਹੁਤ ਡੂੰਘੀ ਇੱਕ ਸੱਟ ਮਾਰਨ ਵਾਲਾ। ਅਤੇ ਮੈਂ ਬੀਇੰਗ ਸਿੱਖ, ਮੇਰਾ ਪਰਿਵਾਰਕ ਪਿਛੋਕੜ ਪੰਥਕ ਆ, ਤਿੰਨ ਪੀੜ੍ਹੀਆਂ ਤੋਂ ਮੇਰੇ ਦਾਦਾ ਜੀ ਜਿਹੜੇ ਉਹ ਸੁਤੰਤਰਤਾ ਸੰਗਰਾਮੀ ਰਹੇ ਆ, ਜੈਤੋ ਦਾ ਮੋਰਚਾ, ਗੁਰੂ ਕੇ ਬਾਜ ਦਾ ਮੋਰਚਾ, ਚਾਚਾ ਜੀ ਮੇਰੇ ਪੰਜਾਬੀ ਸੂਬੇ ਦੇ ਮੋਰਚੇ 'ਚ ਗਏ, ਗੁਰੂ ਕੇ ਬਾਗ ਦੇ ਮੋਰਚੇ 'ਚ ਗਏ, ਈਵਨ ਉਹਨਾਂ ਦੀ ਲੱਤ ਟੁੱਟੀ ਉੱਥੇ। ਅਤੇ ਪਿਛੋਕੜ ਪਰਿਵਾਰਕ ਜਿਹੜਾ ਆ ਉਹ ਸਿੱਖੀ ਦੇ ਗੱਲ 'ਤੇ ਆ ਕੇ ਜਦੋਂ ਸਿੱਖੀ ਦਾ ਨਿਰਾਦਰ, ਗੁਰੂ ਸਾਹਿਬ ਦੀ ਬੇਅਦਬੀ, ਸਿੱਖੀ ਮਾਣ ਮਰਿਆਦਾ ਨੂੰ ਢਾਹ ਲੱਗਣੀ ਆ, ਉਹ ਬਰਦਾਸ਼ਤ ਕਰਨੀ ਅੱਜ ਮੇਰੇ ਲਈ ਵੀ ਬਹੁਤ ਔਖੀ ਆ, ਔਰ ਮੈਂ ਬਹੁਤ ਡੂੰਘੇ ਸਦਮੇ ਦੇ ਵਿੱਚ ਸਾਂ। ਅਤੇ ਪਿਛਲੇ 10 ਕੁ ਦਿਨ ਤੋਂ ਮੈਂ ਇੰਡੀਆ ਤੋਂ ਬਾਹਰ ਸਾਂ, ਪਰ ਮਨ ਦੇ ਵਿੱਚ ਇਹ ਸੀ ਕਿ ਮੈਂ ਜਾ ਕੇ ਅਤੇ ਇਸ ਇਹ ਪਾਰਟੀ ਦੀ ਸਰਕਾਰ ਦੇ ਵੱਲੋਂ ਜੋ ਕੀਤਾ ਜਾ ਰਿਹਾ, ਮੈਂ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ, ਆਤਮਿਕ ਤੌਰ 'ਤੇ ਇਸ ਤੋਂ ਮੁਕਤੀ ਪਾ ਕੇ ਅਤੇ ਇਹਦੇ ਹਿੱਸੇਦਾਰੀ 'ਚੋਂ ਬਾਹਰ ਨਿਕਲਾਂ। ਉਹ ਸੋ ਅੱਜ ਮੈਂ ਅਸਤੀਫਾ ਦਿੱਤਾ ਹੈ ਜ਼ਿਲ੍ਹਾ ਪ੍ਰਧਾਨਗੀ ਤੋਂ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਤੇ ਪੇਡਾ ਦਾ ਮੈਂ ਸਟੇਟ ਦਾ ਚੇਅਰਮੈਨ ਸਾਂ, ਉਹਦੇ ਤੋਂ ਵੀ ਅੱਜ ਅਸਤੀਫਾ ਦਿੱਤਾ। ਹਾਂਜੀ, ਨਾਕਾਮੀ ਦਾ ਕਰਕੇ ਤਾਂ ਅਸੀਂ ਅਸਤੀਫੇ ਦੇਣ ਦੇ ਹਾਂ ਵੀ ਇਹਨੂੰ ਕਿਤੇ ਸੀਰੀਅਸਲੀ ਨਹੀਂ ਲਿਆ। ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਬੀੜ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ, 3 ਮਹੀਨੇ ਦਾ ਸਮਾਂ ਸੀ, ਅਗਲਿਆਂ ਨੇ ਆ ਕੇ ਇਸ਼ਤਿਹਾਰ ਵੀ ਲਾਏ, ਆਪਾਂ ਸੁੱਤੇ ਰਹੇ, ਉਦੋਂ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਅੱਜ ਕਰੋੜ ਰੁਪਈਆ ਆਰਾਮ ਰੱਖਣ ਡਏ, ਅੱਜ ਅਸੀਂ ਬੜੀ ਤੇਜ਼ੀ ਨਾਲ ਹਰਕਤ 'ਚ ਆਉਣ ਡਏ, ਜੇ ਇਹੋ ਹੀ ਪਹਿਲਾਂ ਕਾਰਵਾਈ ਕਰ ਲੈਂਦੇ ਤਾਂ ਸ਼ਾਇਦ ਇੱਥੋਂ ਤੱਕ ਇਹ ਦੁਖਾਂਤ ਘਟਨਾਵਾਂ ਨਾ ਕੀਤਾ ਜਾਣਾ ਹੀ ਆ। ਲੋਕ ਸੰਗਤ ਨੇ ਵਿਰੋਧ ਕਰਨਾ ਹੀ ਆ ਜਦੋਂ ਸਾਡਾ ਵੇਖੋ ਸਿੱਖ ਭਾਵਨਾਵਾਂ, ਗੁਰੂ ਗ੍ਰੰਥ ਸਾਹਿਬ ਇਸ਼ਟ, ਹਰ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਪਹਿਲਾਂ, ਤਖ਼ਤ ਸਾਹਿਬ ਸੁਪਰੀਮ ਨੇ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਜਿਸ ਤਰੀਕੇ ਨਾਲ ਉਹਦਾ ਘਾਣ ਕੀਤਾ ਜਾ ਰਿਹਾ, ਇਹ ਸੰਗਤ ਦੇ ਵਿੱਚ ਰੋਸ ਹੈ, ਸੰਗਤ ਨੇ ਰੋਸ ਪ੍ਰਗਟ ਕਰਨਾ ਹੀ ਕਰਨਾ ਹੈ, ਜਿੱਥੇ ਵੀ ਕਿਤੇ ਜਾਣਗੇ ਰੋਸ ਪ੍ਰਗਟ ਕਰਨਾ। ਸ਼੍ਰੋਮਣੀ ਅਕਾਲੀ ਦਲ ਇੱਕ ਬੜੀ ਕੁਰਬਾਨੀਆਂ ਤੋਂ ਬਾਅਦ ਇਹ ਜਮਾਤ ਜਥੇਬੰਦੀ ਬਣੀ ਸੀ। ਅੱਜ ਜੇ ਮੈਂ ਇਹ ਵੀ ਕਹਾਂ ਵੀ ਸਾਨੂੰ ਸ਼ਰਮ ਜੀ ਆਉਂਦੀ ਹੈ ਇਹ ਕਹਿੰਦੇ ਹੋਇਆ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਅਹੁਦੇਦਾਰ ਹਾਂ, ਇਹ ਹਾਲਾਤ ਬਣਾ ਦਿੱਤੇ ਗਏ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ।